ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਨੂੰ ਪਤਾ ਹੀ ਆ ਕਿ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ ਵਾ ਸ਼ੰਭੂ ਬਾਰਡਰ 'ਤੇ, ਨਾਲੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਕਾਫੀ ਦਿਨਾਂ ਤੋਂ ਡਟੇ ਹੋਏ ਨੇ ਅਤੇ ਅੱਜ ਅੱਗੇ ਵਧਣ ਦਾ ਕੌਲ ਦਿੱਤੀ ਹੋਈ ਸੀ ਕਿਸਾਨਾਂ ਵੱਲੋਂ। ਪਰ ਸਵੇਰੇ ਜਿਹੜੀ ਆ ਉਹ ਜਦੋਂ ਵਧਣ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਵੱਲੋਂ ਇੱਕ ਮੈਸੇਜ ਲੱਗਦਾ ਦੁਬਾਰਾ ਮੀਟਿੰਗ ਵਾਸਤੇ, ਅਤੇ ਉਹ ਸ਼ਾਮ ਦੀ ਮੀਟਿੰਗ ਰੱਖੀ ਗਈ ਆ। ਪਰ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਖਨੌਰੀ ਬਾਰਡਰ ਦੇ ਉੱਤੇ ਮਾਹੌਲ ਕੀ ਬਣਿਆ ਹੋਇਆ। ਚਾਰ ਦੋ ਹੈ, ਇੱਕ ਜਾਣ ਵਾਲੇ ਇੱਕ ਨਾ ਜਾਣ ਵਾਲੇ ਹੈ। ਜਿਹੜੇ ਜਾਣ ਵਾਲੇ ਉਹਨਾਂ ਨੂੰ ਲੱਤਾਂ ਨਾ ਖਿੱਚਿਓ, ਜਿਨ੍ਹਾਂ ਨੇ ਜਾਣਾ ਉਹ ਜਾਣਗੇ। ਹੈ ਇੰਨਾ ਹੋਰ ਦੱਸ ਦਿੰਦੇ, ਇੱਥੇ ਤਮਾਸ਼ਗਰੀ ਬਣਾਇਓ ਕਾਰਨ ਇੱਥੇ ਹੁਲੜ ਹੁਲੜ ਕਰਕੇ ਅਸੀਂ 40 ਜਣੇ ਗਾਹ ਹੋ ਗਏ, ਤੁਸੀਂ 10 ਜਣੇ ਪਿੱਛੇ ਹੋਏ, ਉਹ ਬੰਦੇ ਇੱਥੇ ਨਾ ਆਉਣ। ਉਹਨਾਂ ਨੂੰ ਰੋਸਾ ਕੋਈ ਨਹੀਂ, ਸਾਡੀਆਂ ਟਰਾਲੀਆਂ 'ਚ ਰਹਿਣਾ। ਆਹ ਜਿਹੜੇ ਟਰਾਲੀਆਂ ਵਾਲੇ ਆ ਉਹਨਾਂ ਨਾਲ ਪਹਿਲਾਂ ਸਹਿਮਤੀ ਬਣਾ ਲਓ ਵੀ ਜੇ ਅਸੀਂ ਉੱਥੇ ਜਾਂਦੇ ਹਾਂ ਕੀ ਤੁਸੀਂ ਪਿੱਛੇ ਟਰਾਲੀਆਂ ਲੈ ਕੇ ਉੱਥੇ ਨਾਲ ਕਾਬਜ਼ ਹੋਵੋਗੇ ਕਿ ਨਹੀਂ ਹੁੰਦੇ। ਇਹੀ ਪੁੱਛਦੇ ਆ ਵੀ ਜਦੋਂ ਟਰਾਲੀਆਂ ਇੱਥੇ ਬੈਕ ਕਰਕੇ ਜਾਵਾਂਗੇ ਜਾਂ ਕੋਈ ਚੱਲ ਪਲੈਨਿੰਗ ਨਹੀਂ ਮੈਕਾਂ 'ਚ ਬੋਲੀ ਜਾਂਦੀ, ਉਹ ਮੈਂ ਸਾਰੀ ਇਹਨੂੰ ਬਾਂਗਾਂ ਨੂੰ ਸਮਝਾ ਤੀ ਅੱਧੇ ਤੋਂ ਜ਼ਿਆਦਾ ਸੀਗੇ। ਕੋਈ ਵੀ ਚੀਜ਼ ਕਰਨੀ ਹੈ ਇੱਥੇ ਕਰਾਂਗੇ, ਨਾ ਅੱਜ ਇਹਨਾਂ ਤੋਂ ਡਰਦੇ ਨਾ ਕੱਲ ਨੂੰ ਕਾਬਜ਼ ਹੋਣਾ। ਉੱਥੇ ਕੋਈ ਭੰਨਣਾ ਨਹੀਂ ਤੋੜਨਾ ਨਹੀਂ, ਉੱਥੇ ਕਾਬਜ਼ ਹੋਣਾ, ਇਹ ਗੱਲ ਕਲੀਅਰ। ਅੱਜ ਦੀ ਭਾਵਾਂ ਦੀ ਦੋ ਦਾ ਟਾਈਮ ਲਾ ਲਓ, ਭਾਵੇਂ ਸ਼ਾਮ ਦਾ ਲਾ ਲਓ, ਕੋਈ ਦਿੱਕਤ ਨਹੀਂ, ਟਾਈਮ ਦੀ ਕੋਈ ਦਿੱਕਤ ਨਹੀਂ। ਪਰ ਉਹ ਤੋਂ ਪਹਿਲਾਂ ਬਾਈ ਜਣ ਕੇ ਇਕੱਠੇ ਹੋ ਕੇ ਨਾ ਇੱਕ ਦੂਜੇ ਤੇ ਥੋਪਿਆ ਨਾ ਕਰੋ, ਪਲੈਨ ਕੇ ਬਣਾ ਲਓ, ਇਕੱਠੇ ਹੋ ਜਾਓ ਤੇ ਪਾਣੀ ਦਾ ਇੰਤਜ਼ਾਮ ਬਾਈ। ਸਭ ਤੋਂ ਪਹਿਲਾਂ ਸਾਰੇ ਜਣੇ ਇਕੱਠੇ ਹੋ ਜਾਓ, ਠੀਕ ਆ, ਇਕੱਠੇ ਹੋ ਕੇ ਪੂਰੀ ਪਲੈਨਿੰਗ ਬਣਾ ਕੇ ਆਏ ਨਹੀਂ ਆਪਾਂ, ਸਿੱਧਾ ਹੀ ਇੱਧਰੋਂ ਵੱਜ ਜਾਣਾ ਬਾਈ, ਤੁਸੀਂ ਨਾ ਇੱਧਰ ਦੀ ਅਤੇ ਇੱਧਰ ਦੀ ਪਾਣੀ ਦਾ ਇੰਤਜ਼ਾਮ ਕਰੋ। ਇਹਦੇ ਕੋਲੇ ਬਾਈ ਪਾਣੀ ਵਾਲੀਆਂ ਟੈਂਕੀਆਂ ਸਾਰਾ ਇੱਥੇ ਦਿਹਾੜੀ ਪੈ ਜੇ, ਪਰ ਕਾਲ ਨਾ ਕਰੋ, ਪਾਣੀ ਦਾ ਇੰਤਜ਼ਾਮ ਕਰੋ, ਟਮਾਟਰ ਦੇ ਲੱਗ ਜੇ ਪਰ ਕਾਲ ਨਾ ਕਰੋ, ਪਲਾਂਟ ਦੇ ਸਿਰ ਤੇ ਚੱਲੋ, ਸਪਰੇ ਵਾਲੇ ਪੰਪ ਲੈ ਕੇ ਆਓ ਕਿ ਉਹ ਆਪਣੇ ਦੇ ਮਾਰਦੇ, ਆਪਾਂ ਵੀ ਬਾਈ ਪਾਣੀ ਨਾਲ ਉਹਨਾਂ ਦੇ ਪੰਪ ਬੁਝਾ ਸਕਦੇ ਆ, ਠੀਕ ਆ। ਤੇ ਬਾਈ ਅੱਜ ਪਟਨੇ ਹੀ ਪਟਨੇ ਆ, ਕਿਉਂਕਿ ਪਹਿਲਾਂ ਕਹਿੰਦੇ ਸੀ 13 ਨੂੰ, 13 ਤੋਂ ਬਾਅਦ ਕਹਿੰਦੇ 18 ਨੂੰ, 18 ਤੋਂ ਬਾਅਦ ਹੁਣ 21 ਨੂੰ ਕਹਿੰਦੇ ਆ, 21 ਨੂੰ ਫੇਰ ਮੀਟਿੰਗ ਹੋਣੀ ਆ, ਫਿਰ 25 ਨੂੰ ਕਹਿਣਗੇ ਬਾਈ ਚੋਣ ਜਾਬਤਾ ਲੱਗ ਜੂਗਾ, ਸਾਰਿਆਂ ਦੇ ਟਾਂਗਾ ਪੈਣਗੀਆਂ ਮੁੜ ਕੇ ਫੇਰ ਨਾ ਗਿਓ। ਅੱਜ ਬਾਈ ਸਾਰਿਆਂ ਨੂੰ ਖੜਨਾ ਪੈਣਾ ਤੇ ਸਾਰੇ ਭਰਾ ਜ਼ਰੂਰ ਇਕੱਠੇ ਹੋ ਕੇ ਖੜੋ। ਅੱਜ ਬੈਰੀਗੇਡ ਕਿੰਨੇ ਗਾ ਇਹ ਆਪਣੇ ਮੂਹਰੇ ਬਾਈ, ਹੈ ਨੀ ਇਹ ਇਕੱਠ, ਇਹ ਕਿੰਨੇ ਹੋਣਗੇ, 200 ਹੋਣਗੇ, 400 ਹੋਣਗੇ, 1000 ਹੋਣਗੇ, ਇੱਧਰ ਬਾਈ ਲੱਖਾਂ 'ਚ ਖੜੇ ਆ। ਜੇ ਨਾਲ ਖੜੋਗੇ ਭਰਾਵੇ ਫੇਰ ਹੀ ਤੁਰਿਆ ਜਾਣਾ, ਨਹੀਂ ਤੁਰਿਆ ਜਾਣਾ ਬਾਈ, ਤੇ ਮੇਰਾ ਭਰਾ ਜ਼ਰੂਰ ਖੜੋ ਸਾਰੇ ਜਾਣੇ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਚੱਕਰ ਪਤਾ ਕੀ ਹੈ, ਜਿੰਨਾ ਚਿਰ ਆਪਾਂ ਇਕੱਠੇ ਨਹੀਂ ਉਹਨਾਂ ਚਿਰ ਕੋਸ਼ਿਸ਼ ਹੁੰਦੇ ਨਹੀਂ। ਜਿਹੜੀ ਬੈਰੀਕੇਡ ਗੀ ਦੀ ਗੱਲ ਕਰਦੇ ਹੋ, ਇਹ ਭੁਲੇਖਾ ਹੀ ਆ ਵੀ ਇਹਨਾਂ ਨੇ ਬਾਰਡਰ ਬੁਰਡਰ ਬਣਾ ਲਿਆ, 5 ਮਿੰਟਾਂ 'ਚ ਜਾਊਗਾ। ਜੁਰਤਾ ਸਾਰਿਆਂ 'ਚ, ਜਾਣ ਵਾਲੇ ਸਾਰੇ ਆ, ਪਰ ਪਲੈਨਿੰਗ ਕਰਨ ਵਾਲੇ ਇੱਥੇ ਪਿੱਛੇ ਬੰਦਾ ਕੋਈ ਨਹੀਂ। ਇੱਕ ਬੰਦੇ ਨੂੰ ਲੀਡ ਕਰ ਲਿਓ, ਨਾ ਮੈਂ ਆਪਾਂ ਇਹਨੂੰ ਬਾਈ ਨੂੰ ਆਖਾਂ, ਨਾ ਮੈਂ ਆਪਦਾ ਆਖਾਂ, ਜਿਹੜਾ ਮਰਜ਼ੀ ਉੱਠ ਕੇ ਆ ਜਾਓ ਉਹਦੇ ਪਿੱਛੇ ਲੱਗ ਕੇ ਚੱਲਾਂ। ਉਹ ਤੋਂ ਪਹਿਲਾਂ ਤਿਆਰੀ, ਉਹਨਾਂ ਨੇ 2 ਵਜੇ ਦਾ ਟਾਈਮ ਦਿੱਤਾ, ਉਹਨਾਂ ਦਾ ਸਤਿਕਾਰ ਹੈ। ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਆਏ ਆ, ਅਸੀਂ ਪਹਿਲਾਂ ਉਹਨਾਂ ਨੂੰ ਠੀਕ ਆ ਗਏ, ਜਿਹੜੇ ਬੰਦੇ ਟਰੈਕਟਰ ਟਰਾਲੀਆਂ ਹੁਣ ਵੀ ਅਸੀਂ ਸਾਡੇ ਬੋਲਦੇ ਇੱਥੇ ਲਾ ਲੈਣਗੇ, ਸਤਿਕਾਰ ਆ ਉਹਨਾਂ ਦਾ, ਬੈਕ ਕਰਕੇ ਟਰਾਲੀਆਂ ਲਾ ਲਓ। ਉਹਦੇ 2 ਫਾਇਦੇ ਆ, ਭਾਵੇਂ ਦੀ ਅੱਜ ਪੱਟ ਲਗੇ, ਭਾਵੇਂ ਦੀ ਸਵੇਰੇ ਪੱਟ ਲਗੇ, ਨਾਲੇ ਉੱਥੇ ਨੰਗਾ ਬੰਦ ਹੁੰਦਾ ਹੈ। ਜਿਹੜੀ ਗੱਲ ਬਾਰਡਰ ਦੀ ਹੈ, ਨਾ ਟੱਪੇ ਬਿਨਾ ਅੱਜ ਸਰਨਾ, ਨਾ ਟੱਪੇ ਬਿਨਾ ਕੱਲ੍ਹ ਸਰਨਾ ਹੈ। ਸਿੱਧੇ ਹੋ ਕੇ ਮੱਥੇ ਲੱਗੋ, ਤੇ ਜੇ ਐਵੇਂ ਉਹ ਫਲਾਨੇ ਦੇ ਨਾਲ ਵੱਜ ਜੇ, ਧਿਉਂਕੇ ਦੇ ਨਾਲ ਵੱਜ ਜੇ, ਇਹ ਵੱਜਣਗੇ ਹੀ। ਜੇ ਖਾਣਾ ਹੈ ਤਾਂ ਸਿੱਧੇ ਹੋ ਜਾਓ, ਤੇ ਜੇ ਤੁਹਾਨੂੰ ਐਂ ਲੱਗਦਾ ਵੀ ਇਕੱਲਾ ਆਪਾਂ ਇੱਥੇ ਮੇਲਾ ਦੇਖਣਾ, ਫਿਰ ਕੋਈ ਫਾਇਦਾ ਨਹੀਂ। ਪਰ ਜਿੰਨਾ ਚਿਰ ਤੁਹਾਡੀ ਸਹਿਮਤੀ ਨੀ, ਮੈਂ ਹੁਣ ਵੀ ਆਣਾ, ਜਿੰਨਾ ਚਿਰ ਤੁਹਾਡੀ ਸਹਿਮਤੀ ਨੀ, ਬਜ਼ੁਰਗਾਂ ਦੀ, ਜਾਂ ਇੱਥੇ ਕੋਈ ਲੜਨੇ, ਉਹਨਾਂ ਚਿਰ ਅਸੀਂ ਤੁਰਦੇ ਵੀ ਨੀ। 2 ਵਜੇ ਦਾ ਉਹਨਾਂ ਨੇ ਟਾਈਮ ਦਿੱਤਾ, 2 ਵਜੇ ਦਾ ਤੀਕ ਅਸੀਂ ਵੇਟ ਪੂਰੀ ਕਰਾਂਗੇ। ਬਾਈ ਤੁਸੀਂ ਕੀ ਚਾਹੁੰਦੇ ਆ, ਖੜਾ ਕਰਕੇ ਦੱਸੋ, ਅਸੀਂ ਪਿੱਛੇ ਮੁੜ ਪੈਂਦੇ, ਸਾਨੂੰ ਵੀ ਕੋਈ ਉਹ ਨਹੀਂ, ਅਸੀਂ ਪੱਟ ਲਾਂਗੇ। ਕੋਈ ਐਂ ਤਾਂ ਹੈ ਨਹੀਂ ਜੀ ਅਸੀਂ ਉੱਥੇ ਉੱਠ ਕੇ ਆ ਗਏ, ਜਾਂ ਅੰਦਰ ਪ੍ਰਸ਼ਾਦ ਵੰਡੀ ਦਾ ਹੋਵੇ, ਅਸੀਂ ਤਾਂ ਆਣੇ ਆ। ਉਹ ਤਾਂ ਉਹੀ ਜਾਊਗਾ ਚੱਲਦੇ 'ਚ ਜਿਹਨੂੰ ਪਤਾ ਵੀ ਯਾਰ ਜਾਣਾ ਜ਼ਰੂਰੀ ਹੈ। ਪਹਿਲਾਂ ਟਰਾਲੀਆਂ ਬੈਕ ਲਾਓ, ਟਰਾਲੀਆਂ ਵਾਲਿਆਂ ਵੀਰਾਂ ਨੂੰ ਬੇਨਤੀ ਹੈ, ਜਿਨ੍ਹਾਂ ਨੇ ਟਰੈਕਟਰ ਟਰਾਲੀਆਂ ਕੱਢ ਕੇ ਰੱਖਣਾ, ਉਹ ਇੱਥੋਂ ਤੱਕ ਟਰਾਲੀਆਂ ਦੇ ਦੋਵੇਂ ਪਾਸੇ ਇੰਤਜ਼ਾਮ ਕਰ ਲਓ, ਇੱਥੋਂ ਹੀ ਸਾਨੂੰ ਪਤਾ ਲੱਗ ਜੂ ਤੁਸੀਂ ਸਾਡੇ ਖੜੇ ਹੋ ਬਰਾਬਰ ਕਿ ਨਹੀਂ ਖੜੇ। ਉਹ ਤੋਂ ਬਾਅਦ ਕਰਾਂਗੇ, ਪਹਿਲਾਂ ਆਪਣੇ ਟਰੈਕਟਰ ਟਰਾਲੀਆਂ ਗਾਹ ਕਰੋ, ਇਹਦੇ ਨਾਲ ਮੈਂ ਤੁਹਾਨੂੰ ਦੱਸਦਾ ਬਾਈ। ਹੁਣ ਤੁਸੀਂ ਸਾਰੇ ਟਰਾਲੀਆਂ 'ਚ ਜਿੰਨੇ ਬਾਈ ਬੈਠੇ ਆ, ਆਪਣੇ ਤੋਂ ਵੱਡੇ ਵੀ ਬੈਠੇ, ਆਪਣੇ ਤੋਂ ਛੋਟੇ ਵੀ ਬੈਠੇ ਆ, ਜਦੋਂ ਟਿੱਕ ਇੱਥੇ ਟਰਾਲੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਕੋਈ ਫਾਇਦਾ ਨਹੀਂ। ਜਦੋਂ ਜਿੰਨਾ ਪੁਸ਼ ਕਰਕੇ ਅਸੀਂ ਜਾਂਦੇ ਹਾਂ, 4 ਟਰੈਕਟਰ ਜਾਵੜੇ, 5 ਜਾਵੜੇ, ਸਾਡਾ ਜਾਣਾ ਫੜ ਜਾਏ, ਅਸੀਂ ਤਾਂ ਜਾਵਾਂਗੇ।
ਪਰ ਤੁਹਾਡਾ ਵੀ ਰੋਕਣਾ ਫਰਜ਼ਾ ਤੁਸੀਂ ਜਦੋਂ ਇੱਥੇ ਟਰੈਕਟਰ ਲਾ ਲਏ ਅਸੀਂ ਇੱਥੇ ਰੁਕ ਜਾਵਾਂਗੇ ਉਦੋਂ ਬਾਅਦ ਤਾਂ ਫਿਰ ਉਹੀ ਲਕੀਰ ਟੱਪਣਗੇ ਜਿਹਨਾਂ ਨੇ ਲਕੀਰ ਦੇ ਫਕੀਰ ਹੋਏ ਵੀ ਹਾਂ ਯਾਰ ਖਿੱਚਦੀ ਤਾਂ ਜਾਣਾ ਤੁਹਾਨੂੰ ਡੀਕੀ ਜਾਂਦੇ ਆ ਕੋਈ ਚੱਕਰ ਨਹੀਂ ਜੇ ਤੁਹਾਨੂੰ ਲੱਗਦਾ ਯਾਰ ਇਹ ਭੜਕਾਉਂਦੇ ਐਂ ਕਰਦੇ ਆ ਆਪਣੀ ਗੱਡੀ ਤਿਆਰ ਆਪਾਂ ਚੁੱਪ ਕਰਕੇ ਘਰ ਨੂੰ ਨਾ ਕਿਸੇ ਨੂੰ ਲੜਾ ਕੇ ਰਾਜੀ ਨਾ ਕੁਛ ਤੁਹਾਡੀ ਸਹਿਮਤੀ ਨਾਲ ਟਾਈਮ ਦੀ ਨਾ ਗੱਲ ਕਰੋ ਭਾਵਾਂ ਦੀ ਦੋ ਵੱਜ ਜਾਣ ਭਾਉਂਦੀ ਰਾਤ ਨੂੰ ਬਾਰਾਂ ਵੱਜ ਜਾਣਾ ਲੋਕਾਂ ਨੂੰ ਲੋਕਾਂ ਨੂੰ ਦੇਖੋ ਲੋਕਾਂ ਚ ਜਿੱਤ ਹੈ ਨਾ ਕੱਲਿਆਂ ਦੀ ਹੋ ਸਕਦਾ ਜਦੋਂ ਹੁਣ ਆਪਾਂ ਬੋਲਦੇ ਹਾਂ ਕੋਈ ਆਪਾਂ ਬਾਹਲੇ ਵੱਡੇ ਬੁਲਾਰੇ ਜਾਂ ਸਿਆਣੇ ਨੀ ਹੋ ਸਕਦਾ ਆਪਾਂ ਗਲਤ ਹੋ ਗਏ ਉਹ ਸਾਨੂੰ ਆ ਕੇ ਸਮਝਾਉਣ ਵੀ ਕਾਕਾ ਇੱਥੇ ਤੁਸੀਂ ਗਲਤ ਹੋ ਇੱਥੇ ਤੁਸੀਂ ਪੁਆਇੰਟ ਨੋਟ ਕਰੋ ਆਹ ਚੀਜ਼ ਆਪਾਂ ਐਂ ਕਰਾਂਗੇ ਅਸੀਂ ਆਣੇ ਵੀ ਜਮਾਂ ਜਿਵੇਂ ਤੁਸੀਂ ਆਖੋਗੇ ਉਵੇਂ ਚੱਲ ਬਿਲਕੁਲ ਨਾਲ ਸਹਿਮਤ ਹੈ ਜਿਵੇਂ ਆਖਣਗੇ ਉਵੇਂ ਤੁਰਾਂਗੇ ਜਦੋਂ ਉਹਨਾਂ ਦਾ ਮਨ ਬਣਿਆ ਉਦੋਂ ਤੁਰਾਂਗੇ ਨਾ ਅਸੀਂ ਅੱਜ ਭੜਕਾਊ ਨਾਲ ਚੱਲ ਗਏ ਨਾ ਅਸੀਂ ਕੱਲ ਨੂੰ ਅਸੀਂ ਚੱਲਣਾ ਤਰੀਕੇ ਨਾਲ ਅਸੀਂ ਚੱਲਣਾ ਤੁਹਾਡੀ ਸਹਿਮਤੀ ਨਾਲ ਜੇ ਤਾਂ ਸਹਿਮਤੀ ਦੇ ਲੀਡਰ ਕੀ ਹੁੰਦਾ ਹੈ ਬੇਨਤੀ ਕਰਦਾ ਇੱਕ ਲੀਡਰ ਤੇ ਇੱਕ ਕਮਾਨ ਤੀਰ ਨੂੰ ਤੇ ਲਹਿਰ ਨੂੰ ਉਹੀ ਅੱਗੇ ਲਿਜਾ ਸਕਦੇ ਜੇ ਲੀਡਰ ਦੇ ਵਿੱਚ ਕਮਾਨ ਦੀ ਤਰ੍ਹਾਂ ਖਿੱਚ ਹੈਗੀ ਹੈ ਨਾ ਉਹ ਪਕੜ ਕਰਦਾ ਚੀਜ਼ ਨੂੰ ਬੇਨਤੀ ਹੈ ਜਿੰਨੇ ਵੀ ਪਿੰਡਾਂ ਦੇ ਪ੍ਰਧਾਨ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹੈ ਆਪਦੇ ਆਪਦੇ ਬੰਦਿਆਂ ਨਾਲ ਰਾਏ ਕਰੋ ਅਸੀਂ ਜਮਾਂ ਤੁਹਾਡੇ ਨਾਲ ਧੱਕਾ ਨਹੀਂ ਕਰਦੇ ਆਪਦੇ ਬੰਦਿਆਂ ਨਾਲ ਰਾਏ ਕਰੋ ਵੀ ਤੁਹਾਨੂੰ ਕਿਵੇਂ ਲੱਗਦਾ ਯਾਰ ਉੱਥੇ ਟਰਾਲੀਆਂ ਲੱਗ ਗਏ ਲਾਉਣੀਆਂ ਚਾਹੀਦੀਆਂ ਕਿਹੜਾ ਨੇੜੇ ਤਿਆਰੀ ਕਰ ਗਏ ਕੋਈ ਕਾਹਲੀ ਨੀ ਨਾ ਅੱਜ ਆਣੇ ਵੀ ਹੁਣੇ ਤੁਰਪੋ ਨਾ ਬਾਰਾਂ ਨਾ ਦੋ ਭਾਵੇਂ ਦੀ ਚਾਰ ਵਜੇ ਦੇ ਪਾਉਂਦੀ ਰਾਤ ਦੇ ਬਾਰਾਂ ਵਜੇ ਪਾਉਂਦੀ ਰਾਤ ਦੇ ਬਾਰਾਂ ਵਜੇ ਨੂੰ ਹਾਮੀ ਭਰ ਦਿਆ ਕਰੋ ਯਾਰ ਜਦੋਂ ਆਏ ਹੋ ਲੜਨੀ ਆਏ ਆ ਹਾਮੀ ਤਾਂ ਭਰਿਆ ਕਰੋ ਯਾਰ ਬੋਲੀ ਜਾਂਦਾ ਯਾਰ ਬਈ ਅੱਜ ਹੈਗੀ 19 ਤਰੀਕ ਤੇ ਅੱਜ ਦੀ ਦੇਰ ਚ ਆ ਸਾਰੇ ਬੰਨਣੇ ਆ ਬਈ ਜੋ ਮਰਜ਼ੀ ਹੋ ਜੇ ਮੇਰਾ ਵੀਰੋ ਮਾੜਾ ਜਿਹਾ ਧਿਆਨ ਨਾਲ ਸੁਣ ਲਓ ਜਿਨ੍ਹਾਂ ਨੂੰ ਕੋਈ ਡਰ ਆ ਇੱਥੇ ਆਉਣ ਦੀ ਲੋੜ ਨੀ ਉਹ ਪਿੱਛੇ ਜਾਓ ਜਿਹੜੇ ਲਾਈਨ ਟੱਪਣਗੇ ਉਹ ਜਾਓ ਜੇ ਉਹਨਾਂ ਦਾ ਮਗਰ ਵੀ ਅਸੀਂ ਆਪਦੇ ਬੰਦੇ ਲਾਵਾਂਗੇ ਜੇ ਭੱਜੂ ਤਾਂ ਅਸੀਂ ਵੀ ਖੜਕਾਵਾਂਗੇ ਰਾਤ ਨੂੰ ਬਈ ਇੱਕ ਗੱਲ ਸੁਣ ਲੋ ਜਿਨ੍ਹਾਂ ਕੋਲੇ 4x4 ਟਰੈਕਟਰ ਜਿਨ੍ਹਾਂ ਨੇ ਭਰਾਵਾਂ ਨੇ ਲਿਆਂਦੇ ਆ ਕਾਹਦੇ ਹੱਥੇ ਲਿਆਂਦੇ ਬਈ ਇੱਥੇ ਆ ਬਈ ਚਾਰ ਦਿਨ ਹੋ ਗਏ ਮੈਂ ਰੋਜ਼ ਆਉਣਾ ਟਰੈਕਟਰ ਲੈ ਕੇ ਮੈਨੂੰ ਤਾਂ ਅੱਗ ਲੱਗੀ ਪਈ ਹੈ ਕਿ ਪਟਨੇ ਆ ਆਪਣੀ ਜ਼ਮੀਨ ਦਾ ਬਈ ਯਾਰ ਜ਼ਮੀਨ ਹੀ ਮਾਰੀ ਜਾਂਦੇ ਤੁਸੀਂ ਯਾਰ ਆ ਚਾਰ ਆ ਨੀ ਪੱਟ ਸਕਦੇ ਯਾਰ ਬੈਠਣਾ ਉਹ ਵੀ ਮਾੜਾ ਮੋਟਾ ਜੀਵ ਨੂੰ ਹਲਾਰਾ ਦੇ ਲਿਆ ਕਰੋ ਸੁੱਖੋ ਵੀ ਇਦੂਗਾ ਨਹੀਂ ਜਾਣਾ ਜੇ ਤਾਂ ਪ੍ਰਬੰਧ ਨਾਲ ਜਾਣਾ ਜੇ ਕਹਿੰਦੇ ਰੇਸ਼ਾ ਲੈ ਤੇ ਖੁਸ਼ ਹੈ ਤੁਸੀਂ ਆਪਾਂ ਥੱਲੇ ਉੱਤਰ ਕੇ ਚੱਲ ਪਾਂਗੇ ਨਾ ਆਪਾਂ ਅੱਜ ਜਾਬਤੇ ਤੋਂ ਬਿਨਾਂ ਚੱਲਗੇ ਨਾ ਜਾਬਤੇ ਤੋਂ ਬਿਨਾਂ ਕੱਲ੍ਹ ਚੱਲਗੇ ਜੇ ਤਾਂ ਪੂਰੇ ਆਪਦੇ ਕਾਇਮ ਹੋ ਕੇ ਜਾਣਾ ਭਾਵਾਂ ਦੀ ਕੱਲ੍ਹ ਤੱਕ ਦਾ ਸਮਾਂ ਨਾ ਮੈਂ ਲਕੀਰ ਖਿੱਚਾਂ 12 ਵਜੇ ਦਾ ਕਹਾਂ ਨਾ ਮੈਂ 2 ਵਜੇ ਦਾ ਕਹਾਂ ਮੈਂ ਜਿੰਨਾ ਚਿਰ ਪੂਰਾ ਸਮਾਨ ਜਾਬਤਾ ਤੈਅ ਨਹੀਂ ਹੁੰਦਾ ਉਨਾ ਚਿਰ ਤੁਰਦੇ ਨਹੀਂ ਤੇ ਜਦੋਂ ਤੁਰ ਪਏ ਉਦੋਂ ਪਿੱਛੇ ਨਹੀਂ ਹਟਦੇ ਪਾਉਂਦੀ ਇੱਧਰ ਲਾਪਾ ਸਾ ਇੱਧਰ ਹੋ ਜੇ ਸਰ ਪਹਿਲਾਂ ਜਾਬਤਾ ਇੱਕ ਤਾਂ ਜਿੰਨੇ ਨੇ ਬੁੱਕ ਲਾਉਣਾ ਜਿੰਨੇ ਨੂੰ ਕੋਈ ਚੱਕਰ ਨਹੀਂ ਲਾ ਲਓ ਐਡੂ ਗਾਹ ਨਾ ਹੋਵੋ ਇੱਕ ਬਾਈ ਬਣ ਕੇ ਸ਼ਾਮ ਦੇ ਟਾਈਮ ਨਾ ਮੈਂ ਇੱਥੇ ਬਜ਼ੁਰਗ ਵੀ ਦੇਖੇ ਆ ਧੀਆਂ ਭੈਣਾਂ ਦੀਆਂ ਗਲਾਂ ਕੱਢਦੇ ਕੋਈ ਤੁਕ ਨਹੀਂ ਬਣਦੀ ਨਾ ਆਪਣਾ ਇਹ ਚੀਜ਼ ਆਗਿਆ ਦਿੰਦੀ ਹੈ ਆਪਣਾ ਨਾ ਕੌਮ ਆਗਿਆ ਦਿੰਦੀ ਹੈ ਨਾ ਜ਼ਮੀਰ ਆਗਿਆ ਦਿੰਦੀ ਹੈ ਬੰਦਿਆਂ ਨੂੰ ਆਇਆ ਕਰੋ ਆਪਦਾ ਡਿੱਕ ਲਾਓ ਛੌਂਕ ਨਾਲ ਚਚਾ ਕੇ ਉਹਨਾਂ ਨੂੰ ਗਾਣੇ ਸੁਣਾਓ ਕੋਈ ਡਿੱਕਾ ਨਹੀਂ ਠੀਕ ਹੈ
ਚੱਚਕੇ ਲਾਓ ਆਏ ਆ ਤੁਸੀਂ ਇੱਥੇ ਆ ਕੇ ਬੰਦਾ ਹੋ ਗਿਆ ਉਹਨਾਂ ਦੇ ਆਪਾਂ ਪਰਾਉਣੇ ਜਦੋਂ ਇੱਥੇ ਗਾਂ ਟਰੈਕਟਰ ਕਰਨਾ ਉਦੋਂ ਕਰਨਾ ਜਦੋਂ ਉਹਨਾਂ ਨੂੰ ਪਤਾ ਲੱਗ ਜੇ ਹਾਂ ਕਰਨਾ ਜਿੱਥੇ ਉਹ ਟਰੈਕਟਰ ਖੜਾ ਤੁਸੀਂ ਉੱਥੇ ਇੱਥੇ ਰੋਕਣਾ ਬਾਈ ਇੱਥੇ ਲਾ ਦੇ ਟਰੈਕਟਰ ਇਹਨਾਂ ਨੂੰ ਫੜੀ ਸੁੱਟੇ ਸੀ ਨਾ ਦੋ ਜਾਣ ਵੇ ਉਹਨਾਂ ਉੱਤੇ ਚੜਾ ਦੇ ਕੇ ਮੈਕ ਬਣਾ ਕੇ ਸੁਣੋਗੇ ਦੇਖੋ ਰੌਲਾ ਇਹ ਵੀ ਜਿੰਨਾ ਚਿਰ ਤੁਹਾਨੂੰ ਵੀ ਪਤਾ ਹੈ ਤੁਸੀਂ ਬਹੁਤ ਸਿਆਣੇ ਹੋ ਪੂਰੇ ਦਿਮਾਗ ਨਾਲ ਲਾਏ ਹੋਏ ਉਹ ਡੰਡੇ ਨਾਲ ਨਹੀਂ ਪੱਟੀ ਦੀ ਬਿਲਕੁਲ ਸਮਝ ਗਿਆ ਕਿਸੇ ਧੀ ਪੁੱਤ ਦਾ ਨੁਕਸਾਨ ਨਾ ਹੋ ਜਾਏ ਕਸ਼ਮੀਆਂ ਗੱਲ ਹੈ ਕਰਕੇ ਜੇ ਆਪਾਂ ਅੱਖ ਕੇ ਡੰਡਿਆਂ ਨਾਲ ਪੱਟ ਲਾਂਗੇ ਜਾਂ ਪੱਕ ਕੇ ਪੱਟ ਲਾਂਗੇ ਨਹੀਂ ਪੱਟੀ ਦਾ ਉਹੀ ਮੈਂ ਸਮਝਾਇਆ ਵੀ ਪਹਿਲਾਂ ਇੱਥੇ ਅੱਠ ਦਸ ਟਰਾਲੀਆਂ ਬੈਕ ਕਰਕੇ ਲੱਗੀਆਂ ਹੁਣ ਟਰਾਲੀਆਂ ਵਾਲੇ ਬੰਦੇ ਹੁਣ ਨੁਕਸਾਨ ਦਾ ਕੋਈ ਚੱਕਰ ਨਹੀਂ ਝੱਲ ਲਾਂਗੇ ਪਰ ਥੋੜੇ ਨੁਕਸਾਨ ਚ ਆਪਾਂ ਉੱਥੇ ਕਾਮਯਾਬ ਹੋ ਜਾਈਏ ਕਾਮਯਾਬ ਹੋ ਜਾਈਏ ਨੁਕਸਾਨ ਦਾ ਕੋਈ ਡਰ ਨਹੀਂ ਕਾਇਮ ਹੋ ਗਿਆ ਅੱਜ ਦੇ ਟਰੇਨ ਚੱਲ ਗਏ ਤਾਂ ਬੈਕ ਰਹੇ ਨੇ ਕੱਲੇ ਟਰੈਕਟਰਾਂ ਦੇ ਤਾਂ 5 ਮਿੰਟ ਨਹੀਂ ਲਾਉਣੇ ਉਹਨਾਂ ਨੇ ਬਾਈ ਟਰਾਲੀ ਪਾ ਲਿਆ ਟਰਾਲੀ ਬੈਕ ਕਰਕੇ ਨਾਲ ਇਹਦੇ ਨਾਲ ਨੀ ਗੱਲ ਬਣਨੀ ਟਰਾਲੀ ਪੈਕ ਕਰਕੇ ਲੈ ਲੈ ਟਰਾਲੀਆਂ ਲਿਜਾਓ ਉਹਨਾਂ ਨੂੰ ਭਾਵੇਂ ਦੀ ਆਪਣੀਆਂ ਉੱਥੇ 3 ਦਿਨ ਖੜੀਆਂ ਰਹਿਣਾ ਜੇ ਪਹਿਲੀ ਝਟ ਹੈ ਕੋਈ ਇਹ ਨਹੀਂ ਪਹਿਲੀ ਝਟ ਤੇ ਅੱਗੇ ਜਾਣਾ ਜੇ ਪਹਿਲੀ ਝਟ ਦੀ ਆਪਣੀ ਟਰਾਲੀਆਂ ਸਹੀ ਗੱਲ ਨਾ ਕਰੋ ਡੰਡਾ ਰੱਖ ਕੇ ਆਪਾਂ ਚੇਂਜ ਕਰਦੇ ਹਾਂ ਅਗਲਾ ਕੰਮ ਚਲਾਓ ਪਲਾਨ ਹੋਣਾ ਜ਼ਰੂਰੀ ਹੈ ਨਹੀਂ ਦਿਮਾਗ ਨਾਲ ਕੰਮ ਚਲਾਓ ਗਲਤ ਕੰਮ ਕੋਈ ਨਾ ਕਰੋ ਭਰਾ ਬਣ ਕੇ ਹੱਥ ਬਣ ਕੇ ਬੇਨਤੀ ਆ ਅਸੀਂ ਜਿਵੇਂ ਲੋਕਾਂ ਦੇ ਜੀਪ ਤੋਂ ਲੈ ਕੇ ਆਏ ਅਸੀਂ ਮੋੜਨੇ ਵੀ ਆ ਸਹੀ ਗੱਲ ਹੈ ਕੋਈ ਆਪਣਾ ਇੱਕ ਮਿੰਟ ਕੋਈ ਆਪਣਾ ਲੀਡਰ ਨਹੀਂ ਵਿਗਿਆ ਸਰਕਾਰ ਆਪਣੇ ਨਾਲ ਗੱਲਬਾਤ ਕਰ ਰਹੀ ਆ ਉਹ ਆਪਾਂ ਨੂੰ ਟੇਬਲ ਟੋਕ ਕਰਨੀ ਪੈਣੀ ਆ ਪਰ ਪਾਸੋਂ ਲਾਸਟ ਦਾ ਗੱਲ ਨਹੀਂ ਤਾਂ ਕੰਮ ਨਹੀਂ ਹੁੰਦਾ ਹੋਇਆ ਤੇ ਸਰਕਾਰ ਦੀ ਗੱਲ ਵੀ ਸੁਣੋ ਤੇ ਬਾਈ ਬਣ ਕੇ ਕੋਈ ਕਿਸੇ ਦਾ ਨੁਕਸਾਨ ਨਾ ਕਰਾਵੇ ਭਰਾ ਬਣ ਕੇ ਆਪਣੇ ਹੱਥ ਬਣ ਕੇ ਬੇਨਤੀ ਕਰਦੇ ਆ ਗਾਲਾਂ ਕੱਢਣਾ ਪਾਉਂਦੀ ਮੈਨੂੰ ਤਾਂ ਪਰ ਮੈਂ ਕਹਿੰਦਾ ਵੀ ਇਹ ਕੰਮ ਨਾ ਕਰੋ ਇਕੱਠੇ ਹੋ ਕੇ ਚੱਲੋ ਪੂਰਾ ਪ੍ਰਬੰਧ ਹੋਊਗਾ ਇੱਕ ਤਾਂ ਸਿੱਧਾ ਜਾ ਕੇ ਕਹਿੰਦਾ ਮੈਂ ਮਾਰ ਬੋਲੀ ਉਹ ਮੂਰਖਤਾ ਹੈ जिन्ना चिर सारे बंदे हामी भर के यह नहीं हों एक पास सारे नहीं खड़े होंगे हामी का मतलब होंगे जिन्हें नौजवान है उन्होंने एक घट्टो घट गल तो जान देनी चाहते की है कोई असि थोड़े दुश्मन नहीं जे असि मूहे जावे तो सानू खिल्ला नहीं मिलनिया देने उन्होंने साढ़े छरने ही मारने हैं पकने ही मारने उन्होंने वह सू प्रभाव कोई नहीं पर छोटे नाल जिन्ना चिर तुम कहो उन्ना चिर चल जाप्त तो बिना कोई गल नहीं आ साडे बजुर्ग है बापू आउंदे आ पिछे इन्हां नूं ढालो इन्हां नाल रै कर लो भी बई ऐ ट्रालियां लाउणगे ऐ बैक जाणा जे उन्हां नूं चंगी लगदी आ ठीक है नहीं चंगी लगदी जे उन्हां दी कोई ओह गल करदे वी आह चीज़ हो सकदा ओह अपने तों सियाणे आ होर चंगी गल कर देणा भी ऐ जाणा जरूर है भन्नणे बैरीकेट है जे उन्हां नूं नहीं भन्नणे फिर असीं सहमत नहीं जाना जरूर है बैरीकेट भन्नणे हां भन्नण दा तरीका तुसीं दस्सो दूजे करे ना बारिश डालो बंदे सारे जिन्हें बंदे मैं कन्ना इतने मैच तो बोले है ਤੁਸੀਂ ਸਾਰੇ ਜਾ ਕੇ ਆਪੋ ਆਪਣੇ ਬੰਦਿਆਂ ਨਾਲ ਰਾਇ ਕਰੋ ਇੱਥੋਂ 2 ਵਜੇ ਨੂੰ 3 ਵਜੇ ਨੂੰ ਰਾਇ ਕਰਕੇ ਆਓ ਕੱਠ ਪਾਉਂਦੀ ਦੋਟਾ ਰਹੀ ਤੇ ਪਾਉਂਦੀ 4 ਗੁਣਾ ਹੋ ਜੇ ਆਏ ਉਹੀ ਜਿਹੜੇ ਸਹਿਮਤ ਹੋਏ ਉਦੋਂ ਵੇਖਾਂਗੇ ਵੀ ਕੀ ਬੰਦ ਹੈ ਜਿਹੜੇ ਸੰਦ ਸੰਦਾੜੇ ਹੋਏ ਜੇ ਕੱਲ੍ਹ ਨੂੰ ਕੋਈ ਆਉਂਦਾ ਅਸੀਂ ਤਾਂ ਟਰਾਲੀਆਂ ਨਹੀਂ ਦਿੰਦੇ ਜਮਾਂ ਨਹੀਂ ਗਾਂ ਤੁਰਦੇ ਅੱਜ ਵੀ ਆਉਣੇ ਤੇ ਹੁਣ ਵੀ ਆਉਣਾ ਜੇ ਤੁਹਾਨੂੰ ਟਰਾਲੀਆਂ ਪਿਆਰੀਆਂ ਸਾਨੂੰ ਜਾਣ ਵੀ ਪਿਆਰੀ ਹੈ ਤਾਂ ਵਾਰਾਂਗੇ ਜੇ ਤੁਸੀਂ ਖੜੇ ਹੋ।